ਜੈ ਮਾਤਾ ਦੀ। ਮੈਂ ਸੁਨੀਤਾ ਪੈਂਜੀ ਲੁਧਿਆਣੇ ਵਾਲੀ ਤੁਹਾਡੇ ਲਈ ਲਾਲ ਕਿਤਾਬ ਮਾਇਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ। ਲਾਲ ਕਿਤਾਬ ਮਾਇਆ ਮੈਂ ਹਮੇਸ਼ਾ ਛੋਟੀ ਛੋਟੀ ਬਾਤੇ ਔਰ ਛੋਟੇ ਛੋਟੇ ਉਪਾਏ ਬਤਾਤੀ ਰਹਿਤੀ ਹੂੰ। ਲਾਲ ਕਿਤਾਬ ਮਾਇਆ ਕੇ ਅੰਦਰ ਹਮ ਆ ਕੇ ਨਵਰਾਤਰੋਂ ਕੇ ਉੱਪਰ ਸਪੈਸ਼ਲ ਪ੍ਰੋਗਰਾਮ ਦੇ ਰਹੇ ਹੈ, ਤੋ ਆਪ ਜ਼ਰੂਰ ਸੁਣੋ। ਇਸਕੇ ਅੰਦਰ ਆਪਕੇ ਕਰਨੇ ਲਾਇਕ ਬਹੁਤ ਕੁਛ ਹੈ। ਮਾਂ ਕੀ ਹਮ ਆਰਾਧਨਾ ਕਿਉਂ ਕਰਤੇ ਹੈ, ਪੂਜਾ ਕਿਉਂ ਕਰਤੇ ਹੈ, ਜਪ ਤਪ ਕਿਉਂ ਕਰਤੇ ਹੈ, ਇਸਕਾ ਕੋਈ ਤਾਂ ਲੌਜਿਕ ਹੋਗਾ ਨਾ ਹਮੇ ਜਪ ਤਪ ਕਰਨੇ ਕਾ। ਇਸਕੇ ਪਿੱਛੇ ਹਮਾਰਾ ਲੌਜਿਕ ਹੋਤਾ ਹੈ ਕਿ ਹਮਾਰੇ ਬੱਚੇ ਖੁਸ਼ ਰਹੇ। ਕਈ ਘਰੋਂ ਮੈਂ ਹਮ ਦੇਖਤੇ ਹੈ ਕਿ ਬਹੁਤ ਸਾਰੀ ਬੇਟੀਆਂ ਬੜੀ ਹੋ ਜਾਤੀ ਹੈ, ਉਨਕੀ ਸ਼ਾਦੀਆਂ ਨਹੀਂ ਹੋਤੀ। ਕਿਉਂ ਨਹੀਂ ਹੋਤੀ, ਕਿਆ ਕਾਰਨ ਹੈ ਉਨਕੀ ਸ਼ਾਦੀਆਂ ਨਾ ਹੋਣੇ ਕਾ? ਉਨਕੇ ਪਿੱਛੇ ਵੀ ਗ੍ਰਹਿ ਖਰਾਬ ਹੋਤੇ ਹੈ, ਜਿਸਕੀ ਵਜ੍ਹਾ ਸੇ ਲੜਕੀਓਂ ਕੀ ਸ਼ਾਦੀ ਨਹੀਂ ਹੋ ਰਹੀ ਹੋਤੀ। ਹਮਾਰੇ ਘਰ ਕੇ ਅੰਦਰ ਹਮਾਰੇ ਬੇਟੇ, ਹਮਾਰੇ ਭਾਈ, ਇਨਕੀ ਵੀ ਸ਼ਾਦੀਆਂ ਨਹੀਂ ਹੋ ਰਹੀ ਹੋਤੀ, ਔਰ ਉਨਕੋ ਯਾ ਸ਼ਾਦੀਆਂ ਹੋ ਜਾਤੀ ਹੈ ਤੋ ਉਨਕੀ ਮੀਆਂ ਬੀਬੀ ਆਪਸ ਮੇਂ ਨਹੀਂ ਬਣ ਰਹੀ ਹੋਤੀ। ਤੋ ਉਸਕੇ ਪਿੱਛੇ ਕਿਆ ਕਾਰਨ ਹੈ, ਕਿਆ ਲੌਜਿਕ ਬਣਤੇ ਹੈ? ਉਸਕੇ ਲੌਜਿਕ ਯਹੀ ਬਣਤੇ ਹੈ ਕਿ ਹਮ ਜੋ ਵੀ ਪਾਠ ਪੂਜਾ ਧਰਮ ਕਰਮ ਕਰਤੇ ਹੈ, ਹਮ ਸਹੀ ਢੰਗ ਸੇ ਨਹੀਂ ਕਰ ਰਹੇ। ਚਾਹੇ ਮਾਂ ਕੇ ਨਵਰਾਤਰੇ ਹੋ ਜਾਂ ਕੋਈ ਔਰ ਪੂਜਾ ਪਾਠ ਹੋ, ਤੋ ਉਸਕੇ ਅੰਦਰ ਵਿਘਨ ਬਾਧਾ ਆਤੀ ਰਹਿਤੀ ਹੈ, ਔਰ ਇਸਕੀ ਵਜ੍ਹਾ ਸੇ ਕਈ ਵਾਰ ਹਮਾਰੇ ਘਰ ਕੇ ਅੰਦਰ ਮੰਗਲ ਕਾਰਯ ਨਹੀਂ ਹੋਤੇ, ਕਿਉਂਕਿ ਮੰਗਲ ਕਾ ਸੰਬੰਧ ਹੈ ਸ਼ਾਦੀਓਂ ਸੇ। ਅਗਰ ਹਮਾਰੇ ਘਰ ਕੇ ਅੰਦਰ ਸ਼ਾਦੀਆਂ ਨਹੀਂ ਹੋ ਰਹੀ, ਮੰਗਲ ਕਾਰਯ ਨਹੀਂ ਹੋ ਰਹੇ, ਮੰਗਲ ਕਾਰਯ ਕਾ ਸੰਬੰਧ ਜੋ ਹੋਤਾ ਹੈ ਮੇਨ ਮਾਂ ਦੁਰਗਾ ਸੇ ਹੋਤਾ ਹੈ, ਤੋ ਮਾਂ ਦੁਰਗਾ ਹਮਾਰੇ ਸੇ ਨਾਰਾਜ਼ ਹੈ ਕਿਆ? ਯੇ ਹਮੇ ਸੋਚਣਾ ਪੜੇਗਾ, ਕਿਆ ਮਾਂ ਦੁਰਗਾ ਹਮਾਰੇ ਸੇ ਨਾਰਾਜ਼ ਹੈ? ਕਿਆ ਮਾਂ ਦੁਰਗਾ ਹਮੇ ਆਸ਼ੀਰਵਾਦ ਨਹੀਂ ਦੇ ਰਹੀ? ਕਿਆ ਮਾਂ ਦੁਰਗਾ ਹਮਾਰੇ ਘਰ ਕੇ ਅੰਦਰ ਮੰਗਲਿਕ ਕਾਰਯ ਨਹੀਂ ਹੋਣੇ ਦੇ ਰਹੀ? ਯੇ ਚੀਜ਼ ਹਮੇ ਸਭ ਸੋਚਣੀ ਪੜੇਗੀ। ਔਰ ਅਗਰ ਹਮੇ ਲਗਤਾ ਹੈ ਕਿ ਹਮਾਰੇ ਘਰ ਕੇ ਅੰਦਰ ਵਾਕਈ ਕੋਈ ਨਾ ਕੋਈ ਪਰੇਸ਼ਾਨੀ ਆ ਰਹੀ ਹੈ। ਕਈ ਵਾਰ ਐਸਾ ਵੀ ਦੇਖਣੇ ਮੈਂ ਆਇਆ ਹੈ, ਬਹੁਤ ਵਾਰ ਦੇਖਤੀ ਹੂੰ ਮੈਂ, ਕਈ ਘਰੋਂ ਮੈਂ ਦੇਖਤੀ ਹੂੰ ਕਿ ਮਾਂ ਕੀ ਪ੍ਰੋਪਰ ਜੋਤ ਨਹੀਂ ਜਲਤੀ, ਜਾਂ ਜੋਤ ਜੈਸੇ ਜੈਸੇ ਹਮ ਜੋਤ ਜਗਾਤੇ ਹੈ ਅਚਾਨਕ ਸੇ ਜੋਤ ਬੁਝ ਜਾਤੀ ਹੈ। ਕਈ ਵਾਰ ਐਸਾ ਦੇਖਣੇ ਮੈਂ ਆਇਆ ਕਿ ਹਮਨੇ ਅਖੰਡ ਜੋਤ ਜਲਾਈ ਤੋ ਉਹ ਪ੍ਰੋਪਰ ਨਹੀਂ ਮਾਂ ਕੋ ਕਬੂਲ ਹੋਈ, ਬੀਚ ਮੇਂ ਸੇ ਕੋਈ ਨਾ ਕੋਈ ਐਸਾ ਵਿਘਨ ਪੜ ਗਿਆ ਕਿ ਉਹ ਜੋਤ ਪ੍ਰੋਪਰ ਨਹੀਂ ਜਲੀ, ਬੀਚ ਬੀਚ ਮੇਂ ਸੇ ਬੁਝਣੀ ਸ਼ੁਰੂ ਹੋ ਗਈ। ਜਬ ਜੋਤ ਬੁਝਣੀ ਸ਼ੁਰੂ ਹੋ ਜਾਤੀ ਹੈ ਤੋ ਮਾਂ ਕੋ ਹਮਾਰੀ ਜੋਤ ਨਹੀਂ ਪਸੰਦ, ਰੀਜ਼ਨ ਕੋਈ ਵੀ ਹੋ ਸਕਦਾ ਹੈ, ਕੁਛ ਵੀ ਰੀਜ਼ਨ ਹੋ ਸਕਦਾ ਹੈ, ਕਿਆ ਹੁਆ, ਇਹ ਸਾਰੀਆਂ ਬਾਤਾਂ ਤੋਂ ਮੈਂ ਆਪ ਮੇਰੇ ਸੇ ਪਰਸਨਲ ਮਿਲੇਗਾ ਤੋ ਤਬ ਮੈਂ ਬਤਾਉਂਗੀ ਵੀ ਰੀਜ਼ਨ ਕਿਆ ਹੈ। ਹਮ ਆਜ ਮਾਂ ਕਤਿਆਨੀ ਕੀ ਬਾਤ ਕਰ ਰਹੇ ਹੈ, ਛਟਾ ਨਰਾਤਾ ਮਾਂ ਕੀ ਬਾਤ ਕਰ ਰਹੇ ਹੈ, ਮਾਂ ਕੀ ਪੂਜਾ ਅਰਚਨਾ ਕੈਸੇ ਕਰਨੀ ਚਾਹੀਏ, ਮਾਂ ਕੋ ਖੁਸ਼ ਕੈਸੇ ਕਰਨਾ ਚਾਹੀਏ, ਔਰ ਮਾਂ ਕੀ ਕਿਆ ਵਿਧੀ ਹੈ ਜਿਸਸੇ ਹਮ ਮਾਂ ਕੋ ਪ੍ਰਸੰਨ ਕਰੇ ਔਰ ਮਾਂ ਹਮੇ ਆਸ਼ੀਰਵਾਦ ਦੇ। ਕਈ ਵਾਰ ਹੋਤਾ ਹੈ ਕਿ ਹਮ ਬਹੁਤ ਕੁਛ ਕਰਤੇ ਹੈ ਮਾਂ ਕੇ ਲੀਏ, ਬਹੁਤ ਕੁਛ, ਖੂਬ ਸਾਰਾ ਉਨਕੋ ਖੁਸ਼ ਕਰਨੇ ਕੇ ਲੀਏ ਜੋਤੇ ਜਲਾਤੇ ਹੈ, ਖੂਬ ਪਾਠ ਕਰਤੇ ਹੈ, ਹਰ ਚੀਜ਼ ਕਰਤੇ ਹੈ, ਮਗਰ ਮਾਂ ਖੁਸ਼ ਨਹੀਂ ਹੋਤੀ। ਮਾਂ ਕੋ ਖੁਸ਼ ਕਰਨੇ ਕੇ ਲੀਏ ਮਾਂ ਕੀ ਪਸੰਦ, ਜੋ ਮਾਂ ਕੋ ਪਸੰਦ ਹੋਤੀ ਹੈ ਵੋ ਚੀਜ਼ ਦੀ ਜਾਤੀ ਹੈ। ਜੈਸੇ ਕਾਲ ਰਾਤਰੀ ਮਾਤਾ ਹੈ, ਕਤਿਆਣੀ ਮਾਤਾ ਹੈ, ਤਾਂ ਉਨਕੋ ਸ਼ਹਿਦ ਕਾ ਭੋਗ ਲਗਾਤੇ ਹੈ। ਸ਼ਹਿਦ ਕਾ ਭੋਗ ਕੈਸੇ ਲਗਾਤੇ ਹੈ, ਆਗੇ ਆਗੇ ਪ੍ਰੋਗਰਾਮ ਸੁਣਤੇ ਚਲੀਏ, ਆਪਕੋ ਮੈਂ ਵਿਧੀ ਸੇ ਬਤਾਉਂਗੀ ਕਿ ਕੈਸੇ ਭੋਗ ਲਗਾਨਾ ਔਰ ਕੈਸੇ ਮਾਂ ਕੋ ਪਸੰਦ ਕਰਨੇ ਸੇ ਹਮੇ ਕਿਆ ਆਸ਼ੀਰਵਾਦ ਮਿਲਤਾ ਹੈ। ਮੇਨ ਹਮੇ ਆਸ਼ੀਰਵਾਦ ਲੈਣਾ ਹੈ ਮਾਂ ਕਾ, ਹਮਨੇ ਜਪ ਵੀ ਕਿਆ, ਵਰਤ ਕੀਏ, ਤਾਂ ਉਸਕਾ ਪ੍ਰੋਪਰ ਫਲ ਲੈਣਾ ਹੈ। ਇਸ ਲਈ ਇਹ ਪ੍ਰੋਗਰਾਮ ਹੈ, ਕਿਉਂਕਿ ਪ੍ਰੋਗਰਾਮ ਤਾਂ ਹਰ ਇੱਕ ਚੈਨਲ 'ਤੇ ਸੁਣ ਰਹੇ ਹੋ, ਹਰ ਯੂਟਿਊਬ 'ਤੇ ਸੁਣ ਰਹੇ ਹੋ, ਹਰ ਜਗ੍ਹਾ ਸੁਣ ਰਹੇ ਹੋ, ਉਸਕਾ ਮਤਲਬ ਕਿਆ? ਜਬ ਆਪਣੇ ਪ੍ਰੋਗਰਾਮ ਸੁਣਾ, 10 ਮਿੰਟ 15 ਮਿੰਟ ਆਪਣਾ ਟਾਈਮ ਨਿਕਾਲਾ, ਉਸਕਾ ਮਤਲਬ ਕਿਆ, ਆਪਕੋ ਮਿਲਾ ਕਿਆ ਉਸਕੇ ਅੰਦਰ? ਇਹ ਚੀਜ਼ ਬਹੁਤ ਜ਼ਰੂਰੀ ਹੈ ਜਾਣਨੇ ਵਾਲੀ, ਕਿ ਹਮਨੇ ਵਹਾਂ ਸੇ ਕਿਆ ਸਿੱਖਾ, ਹਮੇ ਕਿਆ ਮਿਲਾ, ਹਮੇ ਮਾਂ ਕਾ ਆਸ਼ੀਰਵਾਦ ਕੈਸੇ ਲੈਣਾ ਚਾਹੀਏ ਔਰ ਕਿਆ ਕਰਨਾ ਚਾਹੀਏ, ਯੇ ਚੀਜ਼ ਜਾਣਨੀ ਜ਼ਰੂਰੀ ਹੋਤੀ ਹੈ। ਪੂਰਾ ਪ੍ਰੋਗਰਾਮ ਸੁਣੋ, ਆਪਕੋ ਅਵਸ਼ ਹਰ ਚੀਜ਼ ਕਾ ਸਟੈਪ ਬਾਈ ਸਟੈਪ ਆਪਕੋ ਜਵਾਬ ਮਿਲਤਾ ਜਾਏਗਾ। ਹਮ ਬਾਤ ਕਰ ਰਹੇ ਥੇ ਬੱਚੋਂ ਕੀ ਸ਼ਾਦੀਓਂ ਕੀ, ਕਿਆ ਸੰਬੰਧ ਹੈ ਬੱਚੋਂ ਕੀ ਸ਼ਾਦੀ ਮੇਂ, ਕੌਣ ਸਾ ਗ੍ਰਹਿ ਸਭਸੇ ਵੀਕ ਹੋਤਾ ਹੈ ਤੋ ਬੱਚੋਂ ਕੀ ਸ਼ਾਦੀਆਂ ਨਹੀਂ ਹੋਤੀ, ਮੰਗਲ ਕਾਰਯ ਨਹੀਂ ਹੋਤੇ ਬੱਚੋਂ ਕੀ ਕੁੰਡਲੀ ਕੇ ਅੰਦਰ? ਅਗਰ ਲੜਕੀ ਹੈ ਤੋ ਉਸਕਾ ਬੁੱਧ ਔਰ ਬ੍ਰਹਸਪਤੀ ਬਹੁਤ ਜ਼ਿਆਦਾ ਖਰਾਬ ਹੋਗਾ, ਜਿਸਕੀ ਵਜ੍ਹਾ ਸੇ ਲੜਕੀ ਕੋ ਸ਼ਾਦੀ ਹੋਣੇ ਮੇਂ ਦੇਰ ਹੋ ਰਹੀ ਹੈ, ਜਾਂ ਉਸਕੀ ਸ਼ਾਦੀ ਹੋ ਰਹੀ ਹੋਗੀ ਤੋ ਵਹਾਂ ਉਸਕੋ ਪ੍ਰੋਪਰ ਸੁੱਖ ਨਹੀਂ ਮਿਲਦਾ। ਅਗਰ ਲੜਕਾ ਹੈ ਤੋ ਉਸਕਾ ਸ਼ੁਕਰ ਔਰ ਸ਼ਨੀ
कहीं ना कहीं बहुत ज्यादा खराब होंगे, जिसकी वजह से मंगल बद हो गया। मंगल जब बद हो जाता है तो लड़के को शादी के अंदर बहुत सारी प्रॉब्लम्स आती है, और मंगल बद ठीक करना बहुत जरूरी है, क्योंकि आपके घर के अंदर वास्तु भी खराब हो सकता है। ये नहीं कि सिर्फ आपकी कुंडली के अंदर दोष है, आपके घर के अंदर भी वास्तु ऐसा हो सकता है, हो सकता है अपने चाहे लड़का हो चाहे लड़की हो, आपकी किचन का बहुत गहरा संबंध है आपकी बच्चों की शादियों से, बहुत गहरा संबंध है। अगर आपने किचन क्या होता है, मंगल होती है, अगर आपने किचन सही नहीं बनाई अपने घर के अंदर, तो आपकी बच्चों की शादियां में बहुत बड़ी बड़ी रुकावटें आएंगी। अगर आपने घर के अंदर मंदिर जहां आप पूजा कर रहे हो वो कुंडली के अकॉर्डिंग आपने सही नहीं रखा, तो वहां भी आपको बहुत सारी प्रॉब्लम आ रही होंगी, और जिस दिन से जोत जलनी शुरू होगी उस दिन से बहुत ज़्यादा पंगे खड़े हो जाएंगे। ये चीज़ें कुंडली के अकॉर्डिंग भी करो। हम क्या करें, जाने अनजाने में बहुत सारी गलती कर जाते हैं, बहुत सारियां गलतियां करते हैं। जब भी हमने माँ की पूजा करनी है, सबसे पहले मंदिर जाओ, माँ के दर्शन करो, वहाँ जाके जोत जरूर जलाओ, माँ के आगे जोत लगाओ मंदिर के अंदर। जब आप मंदिर के अंदर जोत लगाओगे, वहाँ मंदिर के अंदर जोत लगाई, आपने माता के घर के अंदर जोत लगाई, तो आपके घर में महामाई जोत जलाएगी, आपके घर के अंदर उजाला माता रानी करेगी, माँ दुर्गा बहुत सारा आशीर्वाद देगी। जब आपने माँ के घर के अंदर जोत लगाई तो माँ आपके घर के अंदर रोशनी करेगी। ये एक बहुत नोट करने वाली चीज है। लोग क्या करते हैं, अपने घर में तो अखंड जोत जगा लेते हैं, मगर मंदिर के अंदर जाके जोत नहीं जगाते। बहुत सारे लोग होते हैं, कौन मंदिर जाए, कौन करे, यानी कि उनको ये काम बहुत मुश्किल लगता है मंदिर के अंदर जाना। जबकि अगर नौ नराते कर रहे हो ना, पूजा कर रहे हो ना, तो मंदिर में जरूर जाओ, और फूल आप माता को जरूर चढ़ाओ। फूल बुध की चीज है और माता दुर्गा भी बुध है। इस टाइम जो भी वातावरण के अंदर जो भी चीज चल रही है वो माँ की है, हर जगह माँ के जकारे लग रहे हैं, तो बुध इस टाइम बहुत प्रभावी होता है इसके अंदर। जब माँ के नवरात्रे आते हैं तो बुध बहुत ज़्यादा एक्टिव हो जाता है, तो जब बुध एक्टिव होता है तो उसकी ऊर्जा हमें लेनी चाहिए। जितनी ऊर्जा हम बुध की लेंगे वो 6 महीने काम करती है। माँ का औरा जो मिल जाता है ना हमें घूम के, जो वातावरण के अंदर माँ का औरा आ जाता है, बुध बहुत ज़्यादा एक्टिवेट हो जाता है, तो वो हमें 6 महीने हमारे लिए काम करता है। और जब दूसरे नवरात्रे आएंगे तो 6 महीने फिर काम आएगा। तो इसके अंदर क्या होगा, बहुत सारी बीमारियां ठीक होगी, आपकी पेट की प्रॉब्लम ठीक होगी, आपके अंदर जो पेट के अंदर बहुत सारी गैस बन रही है वो ठीक होगी, और जितना फूल चढ़ाओगे माँ के आगे, माँ को फूलों का हार दोगे, घर पे नहीं मंदिर के अंदर माँ जो दुर्गा बैठी है उसको जाके चढ़ाओगे, तब उसका सही में रिजल्ट मिलेगा। और माँ कत्यानी को क्या करना, हमने शीशी लेनी है शहद की शीशी लेके मंदिर के अंदर जाना है। मंदिर में जाके एक शीशी खोल के माँ को भोग लगाना है शहद का, और एक शीशी लेके कहीं भी कंजकों के पास जाओ, और साथ में पीली वाली, जैसे कि पतीसा हो गया, बर्फी होगी, वैसे पतीसा लो तो ज़्यादा बेटर है, पतीसा लेके कंजकों के पास जाओ, वो पतीसा उनको भोग लगा के उनको बांटो, और शहद का जरा जरा सब लड़कियों को दे के और वो शीशी वहीं छोड़ दो। और इसके करने से क्या होगा, अपने जितने 9 दिन की पूजा की है उसका पूरा रिजल्ट आपको मिल जाएगा। जितनी भी आपने थोड़ी की, ज़्यादा की, जितने भी मंत्र जाप पूजा दुर्गा स्तुति जो भी आपने किया उसका प्रॉपर रिजल्ट आपको मिल जाएगा। हम लोग क्या करते हैं, हम लोग करते हैं 9 दिन पूजा करते रहते हैं, जप तप सब कुछ करते हैं, मतलब एक्चुअली में हम कुछ नहीं करते और ना उसका प्रॉपर फल मिलता है। सिर्फ भूखा रहना, व्रत रखना, ये कोई लॉजिक नहीं है। अगर लॉजिक है तो उसके मगर माता का कौन सा भोग कैसे देना है ये मैंने आपको शुरू से बता रही हूँ, और कल भी मैं आपको फिर बताऊंगी भी आपने माता को कैसे खुश करना है। अगर माता को खुश करने के लिए आपको प्रॉपर विधि आ गई और सही ढंग से अपने माता को खुश कर लिया, अवश्य आपको माँ का आशीर्वाद मिलेगा। माँ का आशीर्वाद लेना है तो ये वाला चैनल आत्मा चैनल जरूर देखते रहिए। इस चैनल पे आपको बहुत कुछ मिलेगा। आगे टाइम मिला तो मैं आपके बच्चों के लिए भी जो भी उपाय बनेंगे वो भी मैं आपको जरूर बताऊंगी, क्योंकि माँ के
नवरात्रों के साथ साथ एक उपाय मैं आपको हर बार लाल किताब कर देती हूँ, जिनकी शादियाँ नहीं हो रही, लड्डू ले लो, थोड़े से लड्डू ले लो और एक ठूठी ले लो, 125 ले लो, ये सारा सामान दे के माँ के आगे चले जाओ, माँ के आगे रख दो, ये सारा सामान माँ के ठूठी के अंदर सारा सामान डाल के माँ के आगे रखो, आपकी लड़कियों की लड़कों की शादी होनी शुरू हो जाएगी। ये लाल किताब का उपाय है, अगर आप करवाओगे तो आपको अवश्य रिजल्ट मिलेगा। अगर आपने प्रॉपर रिजल्ट लेना है तो ये सब चीज़ें करते रहोगे और माँ का आशीर्वाद लेते रहोगे और बहुत कुछ आप मिलेगा। और अब सुनीता बहन को आज्ञा दीजिए और कल मिलेंगे इसी चैनल पे, कुछ और लेके आऊँगी। जब तक आज्ञा दो, जय माता दी, सदा सदा सुखी रहो, जय माता दी।